ਸੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਸ੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮਾਗਮ 177 ਮੈਡੀਕਲ ਐਨਕਲੇਵ ਵਿਖੇ ਕੀਤਾ ਜਾਵੇਗਾ। 25 ਨਵੰਬਰ ਨੂੰ ਸ੍ਰੀ ਅਖੰਡ ਪਾਤਸ਼ਾਹਬ ਦੇ ਪੋਗ ਦੀ ਆਰੰਭਤਾ ਹੋਵੇਗੀ ਅਤੇ 27 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਤਸ਼ਾਹਬ ਦੇ ਪੋਗ ਪੈਣਗੇ। ਦੁਪਹਿਰ 2 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੈ। ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਜਾਵੇਗਾ ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਕੀਰਤਨ ਦਰਬਾਰ ਹੋਵੇਗਾ ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਦੇ ਸਰਪ੍ਰਸਤ सुरेंद्र ਸਿੰਘ ਅਰੋੜਾ ਵੀਰ ਜੀ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਹਰ ਸਾਲ ਦੀ ਤਰ੍ਹਾਂ ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਅੰਮ੍ਰਿਤਸਰ ਵੱਲੋਂ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੰਗਤ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਮੈਂ ਸੰਗਤਾਂ ਦੇ ਅੱਗੇ ਅਪੀਲ ਕਰਾਂਗਾ ਕਿ 25 ਤਰੀਕ ਨੂੰ ਸ਼ਨੀਵਾਰ ਦੇ ਦਿਹਾੜੇ 10 ਵਜੇ 13 ਪਾਠ ਸ਼ੁਰੂ ਹੋਣਗੇ ਇੱਕ ਅਖੰਡ ਪਾਠ ਸਾਹਿਬ 12 ਖੁੱਲੇ ਪਾਠ ਜਿਦੇ ਚ 3 ਸੁਖਮਨੀ ਸਾਹਿਬ 3 ਜਪਜੀ ਸਾਹਿਬ 3 ਚਉਪਾਈ ਸਾਹਿਬ 3 ਵਾਹਿਗੁਰੂ ਵਾਹਿਗੁਰੂ ਸਾਹਿਬ ਜੜੇ ਕਿ ਸੰਗਤ ਨੇ ਆਪ ਕਰਨੇ ਨੇ ਜਿੰਨਾ ਮਰਜ਼ੀ ਸਮਾਂ ਬਖਸ਼ੋ 15 20 ਮਿੰਟ 5 ਮਿੰਟ 10 ਮਿੰਟ ਗੁਰੂ ਮਹਾਰਜ ਦੇ ਨਾਲ ਸਾਝ ਪਾਓ ਸਾਰੇ ਜਿੰਨੇ ਨੰਦ ਚਰਨਾਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ 26 ਤਰੀਕ ਨੂੰ ਵੀ ਇਸ ਤਰ੍ਹਾਂ ਪਾਠ ਚੱਲਣਗੇ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮੀ 7:00 ਵਜੇ ਤੱਕ ਸ਼ਾਮ ਨੂੰ ਰੋਜ਼ 25 ਰਾਤ ਨੂੰ ਵੀ 26 ਨੂੰ ਵੀ ਕੀਰਤਨ ਹੋਏਗਾ 27 ਸਵੇਰੇ 10:00 ਵਜੇ ਸੰਪੂਰਨਤਾ ਹੀ ਹੋਏਗੀ